ਉਪਲਬਧੀਓ ਸਰਕਾਰੀ ਉਪਲਬਧੀ ਹੋ। ਮੈਂ ਸਰਕਾਰੀ ਇਸ ਲਈ ਕਿਹਾ ਕਿਉਂਕਿ ਦੁਨੀਆ ਦੇ ਸਭ ਤੋਂ ਉੱਤਮ ਕੰਮ ਜੇ ਕੋਈ ਹੈ ਤਾਂ ਉਹ ਸੇਵਾ ਹੈ। ਔਰ ਮੈਂ ਆਪਣੇ ਆਪ ਨੂੰ ਬੜਾ ਹੀ ਭਾਗਾਂ ਵਾਲਾ ਭਾਗਸ਼ਾਲੀ ਹੋ ਜਾਂਦਾ ਜਿਹੜਾ ਮੈਂ ਅੱਜ ਦੀ ਨਾ ਸੇਵਾ ਦਾ ਫਿਰ ਯਾਦ ਹੈ ਜਦੋਂ ਮੈਂ ਇੰਜੀਨੀਅਰਿੰਗ ਕਰਦਾ ਸੀ ਅਸੀਂ ਰਾਸ਼ਟਰਪਤੀ ਸਾਹਿਬ ਦਰਸ਼ਨ ਕਰ ਜਾਣਾ ਸੀ ਤਾਂ ਮੇਰੇ ਕੰਪਲਸ਼ਨ ਹੀ ਕਿਉਂਕਿ ਸਾਡੇ ਮੌਸਮ ਛੁੱਟੀ ਵੀ ਬਾਹਰ ਨਹੀਂ ਪੜਦੀ ਸੀ ਸ਼ਾਮ ਨੂੰ ਜਦੋਂ ਲੰਗਰ ਛੱਡੇ ਆਉਂਦੇ ਲੰਗਰ ਛੱਡਣ ਤੋਂ ਬਾਅਦ ਜਦੋਂ ਦਰਸ਼ਨ ਕਰ ਜਾਂਦੇ ਸੀ ਤਾਂ ਉੱਥੇ ਧੁੱਖ ਲੀ ਗਈ ਵਿੱਚ ਦੁਨੀਆ ਸੇਵ ਕਮਾਈ ਹੈ ਜੀ। ਸਾਰੀ ਦੁਨੀਆ ਦੇ ਵਿੱਚ ਸੇਵਾ ਕਰਨ ਵਾਲੀ ਸੰਸਥਾ ਹੈ ਰੋਟਰੀ ਰੋਟਰੀ ਇੰਟਰਨੈਸ਼ਨਲ। ਸੋ ਸੇਵਾਦਾਰਾਂ ਨੇ ਮੈਨੂੰ ਇਸ ਮਤਲਬ ਕਾਬਿਲ ਸਮਝਿਆ ਕਿ ਉਹਨੂੰ ਆਪਣੇ ਨਾਲ ਦਾ ਬਣਾ ਲੈਣ ਤੇ ਮੈਂ ਤਾਂ ਆਪਦੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ। ਸ਼ੁਕਰਗੁਜ਼ਾਰ ਹਾਂ ਸੱਚੇ ਪਾਤਸ਼ਾਹ ਦਾ, ਬਹੁਤ ਸ਼ੁਕਰਗੁਜ਼ਾਰ। ਦੇਖੋ ਅਸੀਂ ਰੋਜ਼ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਹੱਤ, ਅਸੀਂ ਪਾਣੀ ਨੂੰ ਪਲੀਤ ਕਰਦੇ ਹਾਂ ਨਾ, ਸਮਝ ਲਓ ਅਸੀਂ ਪਿਓ ਦੀ ਨਿਰਾਦਰੀ ਕਰਦੇ ਹਾਂ। ਉਹ ਬੰਦ ਹੋਣੀ ਚਾਹੀਦੀ ਹੈ, ਉਹਦੇ ਵਾਸਤੇ ਸਰਕਾਰ ਵੀ ਸੁਹਿਰਦਾ ਔਰ ਸਾਰੇ ਸਮਾਜ ਨੂੰ ਸਾਰੀ ਸੁਸਾਇਟੀ ਨੂੰ ਸਾਰੇ ਪੰਜਾਬ ਨੂੰ ਲੱਗ ਕੇ ਇੱਕ ਬੜਾ ਵੱਡਾ ਟਾਸਕ ਹੈ। 15-20 ਸਾਲਾਂ ਤੋਂ ਪਹਿਲਾਂ 1000 ਕਰੋੜ ਰੁਪਏ ਤੇ ਖਰਚ ਵੀ ਹੋ ਗਏ ਆ, ਇਹਦਾ ਆਪਾਂ ਨੂੰ ਹੱਲ ਕਰਨਾ ਪੈਂਦਾ। ਐਮਐਲਏ ਗੋਗੀ ਸਾਹਿਬ ਮੈਂ ਪੁੱਛਦਾ ਉਹਨਾਂ ਨੂੰ, ਅੱਜ ਹੁਣੇ ਮੈਨੂੰ ਇੱਥੇ ਮਿਲਿਆ, ਪੁੱਛਦਾ ਉਹਨਾਂ ਨੂੰ ਕੀ ਹੋਇਆ। ਅੱਜ ਜੋ ਸਾਡੇ ਅੱਜ ਜੋ ਰੋਟਰੀ ਦੇ ਉਪਲਬਧੀ ਉੱਤੇ ਇਹਨਾਂ ਦਾ ਇੱਥੇ ਸੈਮੀਨਾਰ ਸੀਗਾ ਜੀ, ਸਾਡੇ ਮਾਨਯੋਗ ਪੰਜਾਬ ਵਿਧਾਨ ਸਭਾ ਦੀ ਸ਼ਾਨ ਮਾਨਯੋਗ ਕੁਲਤਾਰ ਸਿੰਘ ਸੰਧਵਾ ਜੀ, ਉਹਨਾਂ ਨੇ ਇੱਥੇ ਸ਼ਿਰਕਤ ਕੀਤੀ ਹੈ ਔਰ ਉਹਨਾਂ ਨੂੰ ਅੱਜ ਰੋਟੇਰੀਅਨ ਪਰਿਵਾਰ ਦੇ ਵਿੱਚ ਸ਼ਾਮਿਲ ਕੀਤਾ ਗਿਆ, ਇਸ ਕਰਕੇ ਅਸੀਂ ਉਹਨਾਂ ਦੇ ਨਾਲ ਇੱਥੇ ਸ਼ਾਮਿਲ। ਕਿਉਂਕਿ ਸਭ ਗੱਲ ਕਰੀਏ ਕਾਲੇ ਪਾਣੀ ਲੈ ਕੇ ਚੱਲ ਪੰਜਾਬ ਦੀਆਂ ਅਲੱਗ ਅਲੱਗ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ, ਰੋਸ ਵੀ ਜ਼ਾਹਿਰ ਕੀਤਾ ਗਿਆ, ਪਰ ਕੀ ਜਥੇਬੰਦੀ ਤੁਹਾਡਾ ਐਪਰੀਸ਼ੀਏਟ ਕੀਤਾ, ਕਈ ਦਾ ਵਿਰੋਧ ਕੀਤਾ, ਉਹਨੂੰ ਕੀ ਅਸੀਂ ਕਹਿੰਦੇ? ਦੇਖੋ ਜਿੱਥੇ ਜਿੱਥੇ ਵਿਰੋਧ ਆ ਉੱਥੇ ਸਹਿਯੋਗ ਵੀ ਹੈਗਾ, ਠੀਕ ਆ। ਜਿਹੜੇ ਵਿਰੋਧ ਕਰਦੇ ਉਹ ਵੀ ਮੇਰੇ ਨੇ, ਜਿਹੜੇ ਸਹਿਯੋਗ ਕਰਦੇ ਉਹ ਵੀ ਮੇਰੇ ਨੇ। ਗੁੱਸਾ ਹੁੰਦਾ ਬਲਬਲੇ ਹੈ ਲੋਕਾਂ 'ਚ, ਕਿਉਂਕਿ ਇੱਕ ਹੈ ਹੀ ਇੱਕ ਇਹ ਬਹੁਤ ਵੱਡਾ ਸਾਡੇ 'ਤੇ ਕਲੰਕ ਲੱਗਿਆ ਹੋਇਆ, ਇਹ ਉਹਨਾਂ ਦਾ ਗੁੱਸਾ ਜਾਇਜ਼ ਆ, ਮੈਂ ਉਹਨਾਂ ਦੇ ਗੁੱਸੇ ਨੂੰ ਗਲਤ ਨਹੀਂ ਕਹਾਂਗਾ, ਬਿਲਕੁਲ ਜਾਇਜ਼ ਆ, ਕਿਉਂਕਿ ਉਹਨਾਂ ਦੇ ਪਰਿਵਾਰਾਂ 'ਚ ਕੈਂਸਰ ਕਾਲਾ ਪੀਲੀਆਂ ਬੱਚੇ ਨੋਰਮਲ ਹੋ ਰਹੇ ਨੇ, ਜਿਹਨਾਂ ਪਰਿਵਾਰਾਂ 'ਚ ਐਸੇ ਪ੍ਰੋਬਲਮ ਆਉਂਦੀ ਆ ਅਤੇ ਉਹ ਇੱਕ ਸੁਭਾਵਿਕ ਹੈ ਵੀ ਉੱਥੇ ਐਸਾ ਮਾਹੌਲ ਬਣਦਾ ਹੈ, ਪਰ ਮੇਰੇ ਲਈ ਸਾਰੇ ਸਤਿਕਾਰਯੋਗ ਨੇ, ਮੈਂ ਉਹਨਾਂ ਦਾ ਸਤਿਕਾਰ ਕਰਦਾ ਔਰ ਅਸੀਂ ਸਾਡੀ ਪੂਰੀ ਸਰਕਾਰ ਇਸ ਕੰਮ 'ਤੇ ਲੱਗੀ ਹੋਈ ਆ, ਵਚਨਬੱਧ ਹੈ ਕਿ ਅਸੀਂ ਖੁਦਾਂ ਨਾਲ ਸਾਫ਼ ਕਰਾਂਗੇ, ਜਿਹਦੇ ਵਿੱਚ ਤੁਸੀਂ ਦੇਖ ਹੀ ਲਿਆ ਕਿ ਮੈਂ ਖੁਦ ਆਪਣਾ ਪੱਥਰ ਜੋ ਉਤਾਰਿਆ ਉੱਥੋਂ ਇੱਕ ਅਫਸਰਾਂ ਦੇ ਰੋਸ ਵਜੋਂ ਕਿ ਉਹਨਾਂ ਨੇ ਬਿਲਕੁਲ ਨੈਗਲੀਜੈਂਸੀ ਦਿਖਾਈ ਆ, 1000 ਕਰੋੜ ਰੁਪਿਆ ਇੱਧਰ ਉੱਧਰ ਕਰਕੇ ਵੀ ਕੋਈ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਇਸ ਕਰਕੇ ਉੱਤੇ ਅਸੀਂ ਸਖ਼ਤ ਪਹਿਰਾ ਦੇਵਾਂਗੇ ਔਰ ਇਹਦੇ ਉੱਤੇ ਅਸੀਂ ਸਾਡੀ ਲੜਾਈ ਜਾਰੀ ਹੈ
ਔਰ ਇਹਨੂੰ ਮਿਸ਼ਨ ਬਣਾ ਕੇ ਇਸ ਕੰਮ ਕਿਵੇਂ ਨੂੰ ਅਪਡੇਟ ਕਰੋਗੇ ਆਪਾਂ ਕੋਈ ਸਰਕਾਰ ਦੇ ਤੁਹਾਡੀ ਤੁਹਾਡੀ ਸਰਕਾਰ ਦੇ ਅਫਸਰ ਹੀ ਨਹੀਂ ਕੰਮ ਕਰਨਗੇ ਤਾਂ ਤੁਸੀਂ ਕਿਵੇਂ ਕਰਨਗੇ ਯਾਰ ਜਿਹੜੇ ਅਫਸਰ ਨਹੀਂ ਕੰਮ ਕਰਨਗੇ ਨਾ ਸਾਨੂੰ ਸਿੱਧੇ ਕਰਨੇ ਆਉਂਦੇ ਆ ਕਰਾਂਗੇ ਮੋਦੀ ਸਾਹਿਬ ਗੱਲ ਕਰੀਏ ਉਹਨਾਂ ਤੇ ਕੰਮ ਕਰਾਵਾਂਗੇ ਜਿਨ੍ਹਾਂ ਨੇ ਇਹਦੇ ਚ ਗੜਬੜਾ ਕੀਤੀ ਆ ਨਾ ਉਹਨਾਂ ਨੇ ਮੂਹਰੇ ਰੱਖ ਕੇ ਕੰਮ ਕਰਾਵਾਂ ਨਾਲੇ ਪੁੱਛਾਂਗੇ ਕਿੱਥੇ ਕਿੱਥੇ ਕੀ ਕੀਤਾ ਸਭ ਕੁਝ ਕਰਾਂਗੇ ਐਂ ਡੰਗਾਈ ਤੱਕ ਜਾ ਕੇ ਜਿਹੜੀ ਹੱਦ ਤੱਕ ਜਾਣਾ ਪਿਆ ਗੁਰਪ੍ਰੀਤ ਗੋਗੀ ਉੱਥੇ ਜਾਊਗਾ ਗੋਗੀ ਸਾਹਿਬ ਗੱਲ ਕਰੀਏ 650 ਕਰੋੜ ਦੀ ਤੁਹਾਡੇ ਵੱਲੋਂ ਸੀਬੀਆਈ ਜਿਹੜੀ ਜਾਂਚ ਦੀ ਮੰਗ ਕੀਤੀ ਗਈ ਜੇ ਆਪਾਂ ਗੱਲ ਕਰੀਏ ਓਪੋਜੀਸ਼ਨ ਪਾਰਟੀ ਨੇ ਵੀ ਨਿਸ਼ਾਨੇ ਸੱਦੇ ਆ ਰਹੇ ਜੋ ਇਹ ਪਾਸ ਹੋਇਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਤੁਹਾਡੀ ਕਾਂਗਰਸ ਸਰਕਾਰ ਤੋਂ ਇਹਦੇ ਉਹਦੇ ਤੁਹਾਡਾ ਕੀ ਕਹਿਣਾ ਦੇਖੋ ਕਾਂਗਰਸ ਸਰਕਾਰ ਜਦੋਂ 2020 ਚ ਇਹ ਹੋਇਆ ਮੈਂ ਉਦੋਂ ਬਤੌਰ ਚੇਅਰਮੈਨ ਸੀ ਪਰ ਉਦੋਂ ਇੱਥੋਂ ਦੇ ਹੁਕਮਰਾਨ ਹੋਰ ਸੀ ਇਹ ਉਹਨਾਂ ਦੇ ਟਾਈਮ ਤੇ ਡੀ ਪੀ ਆਰਾਂ ਬਣੀਆਂ ਨੇ ਉਹੀ ਸਾਰੇ ਡਿਪਾਰਟਮੈਂਟ ਨੂੰ ਚੈੱਕ ਕਰਦੇ ਸੀ ਹੁਣ ਜਦੋਂ ਇਹ ਮਹਿਕਮਾ ਮਤਲਬ ਮੇਰੇ ਕੋਲ ਆਇਆ ਮੈਂ ਚੇਅਰਮੈਨ ਬਣਿਆ ਹੁਣ ਮੈਂ ਸੰਜੀਤ ਜੀ ਦੇ ਨਾਲ ਅੱਗੇ ਲੱਗ ਜਾਊਂਗਾ ਕਹਿੰਦੇ ਲੋਕਾਂ ਨੂੰ ਗੁੰਮਰਾਹ ਕੀਤਾ ਹਰ ਮੀਟਿੰਗ ਅਟੈਂਡ ਕੀਤੀ ਬੁੱਢੇ ਦਰਿਆ ਨੂੰ ਲੈ ਕੇ ਕਹਿੰਦੇ ਬੁੱਢੇ ਦਰਿਆ ਨੂੰ ਲੈ ਕੇ ਉਦੋਂ ਗੋਗੀ ਸਾਹਿਬ ਨੇ ਵੱਲੋਂ ਹਰ ਮੀਟਿੰਗ ਅਟੈਂਡ ਕੀਤੀ ਪਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਉਦੋਂ ਇੱਕ ਸਰਕਾਰ ਦਾ ਹਿੱਸਾ ਸੀ ਗੁਰਪ੍ਰੀਤ ਗੋਗੀ ਗੁੰਮਰਾਹ ਨਹੀਂ ਕਰਦਾ ਹੁੰਦਾ ਗੁਰਪ੍ਰੀਤ ਗੋਗੀ ਕੰਮ ਕਰਦਾ ਹੁੰਦਾ ਜੇ ਗੁੰਮਰਾਹ ਕਰਦਾ ਹੁੰਦਾ ਨਾ ਮੈਂ ਆਪਦਾ ਲਗਾਇਆ ਆਪਣੇ ਹੱਥ ਦਾ ਪੱਥਰ ਤੇ ਉੱਥੇ ਤੋੜ ਕੇ ਨਾ ਆਉਂਦਾ ਭਾਜਪਾ ਨੇ ਵੀ ਇੱਕ ਬਿਆਨ ਭਾਜਪਾ ਕਹਿੰਦੇ ਵੀ ਅਗਰ ਬੀਜੇਪੀ ਸੈਲ ਮਦਦ ਕਰੇਗੀ ਜ਼ਰੂਰੀ ਮੈਂ ਤਾਂ ਕਹਿੰਦਾ ਇਸ ਕੰਮ ਲਈ ਪਾਰਟੀ ਦੇ ਉੱਤੇ ਉੱਠ ਕੇ ਸਾਰਿਆਂ ਨੂੰ ਮੇਰਾ ਸਹਿਯੋਗ ਕਰਨਾ ਚਾਹੀਦਾ ਅਸੀਂ ਇੱਕ ਸੱਚਾ ਕੰਮ ਕਰ ਰਹੇ ਹਾਂ ਪੰਜਾਬ ਨੂੰ ਵਾਤਾਵਰਨ ਬਚਾ ਰਹੇ ਹਾਂ ਉਹ ਚ ਪਾਰਟੀ ਬਾਜ਼ੀਆਂ ਤਾਂ ਕੋਈ ਆਈ ਨਹੀਂ ਨਾ ਭਾਜਪਾ ਨਾ ਕਾਂਗਰਸ ਨਾ ਅਕਾਲੀ ਨਾ ਬੀਜੇਪੀ ਠੀਕ ਹੈ ਥੈਂਕ ਯੂ